ਇਸ ਸਮੇਂ ਦੀ ਵੱਡੀ ਖਬਰ ਜਿਹੜੀ ਬਠਿੰਡਾ ਜ਼ਿਲ੍ਹਾ ਦੇ ਪਿੰਡ ਵਿਰਕ ਕਲਾਂ ਅਤੇ ਵਿਰਕ ਖੁਰਦ ਤੋਂ ਆ ਰਹੀ ਹੈ। ਬਠਿੰਡਾ ਦਿਹਾਤੀ ਦੇ ਜਿਹੜੇ ਕਾਫੀ ਪਿੰਡ ਪੰਚਾਇਤਾਂ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਜਿਹੜੇ ਸੀਲ ਕਰ ਦਿੱਤੇ ਗਏ ਨੇ। ਇਸੇ ਤਰ੍ਹਾਂ ਪਿੰਡ ਵਿਰਕ ਕਲਾਂ ਅਤੇ ਵਿਰਕ ਖੁਰਦ ਨੂੰ ਵੀ ਪੰਚਾਇਤਾਂ ਅਤੇ ਪੁਲਿਸ ਦੇ ਸਹਿਯੋਗ ਨਾਲ ਜਿਹੜਾ ਬੰਦ ਕਰ ਦਿੱਤਾ ਗਿਆ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਡੀ ਨਿਊਜ਼ ਪੰਜਾਬ ਅਤੇ ਮੈਂ ਤੁਹਾਡਾ ਦੋਸਤ ਅਤੇ ਹੋਸਟ ਦਿਲਬਾਗ ਜ਼ਖਮੀ। ਦੋਸਤੋ, ਜਿਸ ਤਰ੍ਹਾਂ ਪੂਰੇ ਪੰਜਾਬ 'ਚ ਕਰੋਨਾ ਵਾਇਰਸ ਦੇ ਕਾਰਨ ਪੂਰੇ ਪੰਜਾਬ 'ਚ ਕਰਫਿਊ ਦਾ ਦੌਰ ਜਾਰੀ ਹੈ ਅਤੇ ਕਰਫਿਊ ਦੇ ਦੌਰਾਨ ਜਿਹੜੇ ਪਿੰਡ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਕਿ ਜਿਹੜੇ ਸੀਲ ਕਰ ਦਿੱਤੇ ਗਏ ਨੇ ਸਰਕਾਰ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਹੁਕਮਾਂ 'ਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੇ ਆਪਣੇ ਪਿੰਡ ਜਿਹੜੇ ਸੀਲ ਕਰ ਦਿੱਤੇ ਗਏ ਨੇ। ਜਿਹੜੇ ਬਾਹਰੋਂ ਆਉਣ ਜਾਣ ਵਾਲੇ ਫਾਲਤੂ ਲੋਕ ਸੀ ਉਹਨਾਂ ਨੂੰ ਜਿਹੜੇ ਵਾਪਸ ਭੇਜ ਰਹੇ ਨੇ ਜੀ। ਇਹ ਮਕਸਦ ਸਾਰੇ ਦੇਸ਼ 'ਚ ਕਰੋਨਾ ਦੀ ਬਿਮਾਰੀ ਫੈਲੀ ਆ, ਉਹਦੇ ਕਾਰਨ ਇਹ ਪਿੰਡ ਦੀ ਸੇਵਾ ਵਾਸਤੇ ਨੱਕ ਲਾਇਆ, ਜੋ ਵੀ ਬਾਹਰੋਂ ਆਉਂਦਾ ਉਹਨੂੰ ਵਾਪਸ ਕੀਤਾ ਜਾਂਦਾ ਜੀ। ਪਿੰਡ ਦੇ ਜੇ ਕੋਈ ਰਿਸ਼ਤੇਦਾਰ ਹੋਵੇ ਜਾਂ ਕੋਈ ਵੀ ਹੋਵੇ ਜਾਂ ਬਾਹਰੋਂ ਕੋਈ ਆਮ ਆਦਮੀ ਆ ਰਿਹਾ ਬਿਨਾਂ ਮਤਲਬ ਤੋਂ ਉਹਨੂੰ ਵਾਪਸ ਕੀਤਾ ਜਾਂਦਾ ਹੈ। ਇਹ ਸਾਡਾ ਦਿਨ ਡੇ ਨਾਈਟ 24 ਘੰਟੇ ਚੱਲ ਰਿਹਾ। ਨਹੀਂ, ਜੇ ਕੋਈ ਜ਼ਰੂਰੀ ਕੰਮ ਵਾਲਾ ਜਿਵੇਂ ਕੋਈ ਮਰੀਜ਼ ਆ ਜਾਂ ਕੋਈ ਕਿਸੇ ਉਹਨੂੰ ਮਰੀਜ਼ ਨੇ ਛੋੜ ਦਿੱਤੀ ਜਾਂਦੀ ਹੈ ਜਾਂ ਕੋਈ ਸਰਪੰਚ ਤੋਂ ਲਿਖਾ ਕੇ ਲਿਆਵੇ ਜਾਂ ਕੋਈ ਡਿਜੀ ਦਾ ਪਾਸ ਹੋਵੇ ਉਹਨੂੰ ਟੱਪਣ ਦਿੱਤਾ ਜਾਂਦਾ ਜੀ। ਹਾਂ, ਉਹਦਾ ਨੋਟ ਕਰਕੇ, ਐਡਰੈਸ ਨੋਟ ਕਰਕੇ, ਉਹਦਾ ਨੰਬਰ ਨੋਟ ਕਰਕੇ ਫਿਰ ਟੱਪਣ ਦਿੰਦੇ। ਅਸੀਂ ਇਹ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਸਾਹਿਬ ਦੇ ਹੁਕਮਾਂ ਦੇ ਨਾਲ ਅਤੇ ਪੰਜਾਬ ਪੁਲਿਸ ਦੀ ਪਾਲਣਾ ਕਰ ਰਹੇ ਹਾਂ ਅਸੀਂ। ਅਸੀਂ ਇਹ ਜਿਹੜਾ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਲੈ ਕੇ ਰੋਕਥਾਮ ਕੀਤੀ ਹੈ। ਪਿੰਡ ਦੇ ਵਿੱਚ ਕੋਈ ਵੀ ਬੰਦਾ ਬਾਹਰੋਂ ਆਉਂਦਾ ਅਸੀਂ ਉਹਦੀ ਰੋਕਥਾਮ ਕਰਦੇ ਹਾਂ, ਉਹਦੀ ਚੈਕਿੰਗ ਕਰਦੇ ਹਾਂ, ਉਹਦੇ ਨਾਲ ਪੁੱਛਗਿੱਛ ਕਰਦੇ ਹਾਂ। ਅਸੀਂ ਪਿੰਡ ਦੀ ਪੰਚਾਇਤ ਅਤੇ ਆਮ ਪੰਚਾਇਤ ਦੇ ਸਹਿਯੋਗ ਨਾਲ ਅਸੀਂ ਡਿਊਟੀਆਂ ਲਾ ਰਹੇ ਹਾਂ। ਇਹ ਅਸੀਂ ਜਿੱਥੋਂ ਵੀ ਪਿੰਡ ਦੇ ਵਿੱਚ ਮੇਨ ਐਂਟਰੀ ਹੁੰਦੀ ਹੈ ਜਾਂ ਕਿਤੋਂ ਵੀ ਪਿੰਡ ਦੇ ਵਿੱਚੋਂ ਬਾਹਰੋਂ ਰਸਤਾ ਕ੍ਰੋਸ ਕਰਦਾ ਉੱਥੇ ਅਸੀਂ ਇਹ ਨਾਕੇ ਲਾਏ। ਨਹੀਂ, ਕਈ ਲੋਕ ਅਜੇ ਤੱਕ ਤਾਂ ਕੋਈ ਵਾਪਸ ਦੁਪਹਿਰੇ ਅੱਜ ਮੋੜੇ ਆ, ਜਿਵੇਂ ਮਤਲਬ ਬਾਹਰੋਂ ਸਬਜ਼ੀ ਲੈ ਕੇ ਆ ਰਿਹਾ ਸੀ ਜਾਂ ਜ਼ਿਆਦਾ ਟਾਈਮ ਪਿੰਡ ਦੇ ਵਿੱਚ ਰਹਿ ਰਿਹਾ ਜਾਂ ਕਿਸੇ ਦਾ ਕੋਈ ਮੰਨ ਲਓ ਨੌਜਵਾਨ ਮੁੰਡੇ ਦੂਜੇ ਪਿੰਡਾਂ ਵਾਲੇ ਅੰਦਰ ਆ ਰਹੇ ਆ, ਉਹਨਾਂ ਨੂੰ ਵਾਪਸ ਕੀਤਾ ਗਿਆ। ਲੋਕ ਪੂਰਾ ਸਹਿਯੋਗ ਦੇ ਰਹੇ ਆ ਸਾਡੇ ਪਿੰਡ ਦਾ, ਅਸੀਂ ਲੋਕਡਾਊਨ ਦਾ ਪੂਰਾ ਪਾਲਣ ਕਰ ਰਹੇ ਹਾਂ।